सर ये पतंग किन्ने फुट दी है? पतंग हैगी जी 8 फुट बाय 6 फुट दी। की खासियत है इसकी? खासियत है जी बांस दी बनी पतंग, खुदी फुल बांस दी बनी। हिंदुस्तान च इहो जिहियां चीज़ां बना सकदे हां। और बेजोड़ पतंग है, इहदे कोई भी जोड़ नहीं है इहदे कागज़। किन्ना टाइम लगा इहनूं बनाउण ते? इहनूं महाराज 6 दिन लगे जी इक पतंग बनाउण। पतंगा बनाते बहुत बहुत व्डिया दिखाते आप डाने पे अपने बटाले च बना के दिखा दी थी। महाराज बनाई है तुहाडे सामने आ जी, ये मुजस्मा तुहाडे सामने आ, देख लो। और सिर्फ बनाई नहीं, इहनूं उड़ावांगे भी। अपने वास्ते बनाई के वेचण वास्ते? अपने वास्ते बनाई है। होर भी इदां दी बनाई है तुसीं? इस तो छोटियां थोड़ियां, इक्को ही है पतंग वड्डी। ये सिर्फ इक्को सिंपल। सर जिहड़ी पतंग आ ਇੱਦਾਂ ਦੀ ਪਤੰਗ ਅੱਜ ਬਟਾਲਾ ਜੇ ਬਣ ਗਈ ਹੈ ਭਾਅ ਜੀ? ਦੇਖੋ ਜੀ ਬਟਾਲੇ 'ਚ ਹਰ ਇੱਕ ਚੀਜ਼ ਬਣਦੀ ਹੈ। ਜਿੰਨਾ ਸ਼ੌਂਕ ਲੱਗਦਾ ਮੈਨੂੰ ਬਟਾਲੇ ਦੇ ਵਿੱਚ ਆ, ਉਹਨਾਂ ਕਿਸੇ ਹੋਰ ਸ਼ਹਿਰ ਦੇ ਵਿੱਚ ਨਹੀਂ ਹੈਗਾ। ਲੋਕ ਦੂਰੋਂ ਦੂਰੋਂ ਆਪਣੇ ਰਿਸ਼ਤੇਦਾਰ ਆਉਂਦੇ ਨੇ ਇੱਥੇ, ਲੋਹੜੀ ਦੇ ਸਪੈਸ਼ਲ ਲੋਹੜੀ ਦੇ ਆਉਂਦੇ ਨੇ ਮਨਾਉਣ ਵਾਸਤੇ, ਤਿਉਹਾਰ ਵੇਖਣ ਵਾਸਤੇ ਆਉਂਦੇ ਨੇ। ਜਿੰਨੀ ਪਤੰਗ ਭਾਅ ਜੀ ਇੱਥੇ ਹੁੰਦੀ ਹੈ, ਮੈਨੂੰ ਲੱਗਦਾ ਕਿਤੇ ਹੁੰਦੀ ਹੋਵੇਗੀ। ਇਹ ਚੜ੍ਹਾਈ ਕਿੱਦਾਂ ਜਾਊਗੀ ਏਡੀ ਵੱਡੀ? ਇਹ ਜੀ ਚੜ੍ਹਾਈ ਜਾਏਗੀ, ਮਾਂਝੇ ਦੇ ਡੋਰ 'ਚ ਚੜ੍ਹਾਈ ਜਾਏਗੀ। ਠੀਕ ਹੈ ਜੀ, ਸਪੈਸ਼ਲ ਡੋਰ ਆ, 16 ਤਾਰ ਦੀ ਡੋਰ ਹੁੰਦੀ ਹੈ। ਘੱਟੋ ਘੱਟ 2-3 ਚਰਖੜੀਆਂ ਨੂੰ ਲੱਗਣਗੀਆਂ, ਉਹਦੇ 'ਤੇ ਚੜ੍ਹਾਈ ਜਾਏਗੀ। ਸਰ ਇਹ ਪਤੰਗ ਕਿੰਨੇ ਫੁੱਟ ਦੀ ਹੈ? ਪਤੰਗ ਹੈਗੀ ਜੀ 8 ਫੁੱਟ ਬਾਏ 6 ਫੁੱਟ ਦੀ। ਕੀ ਖਾਸੀਅਤ ਹੈ ਇਹਦੀ? ਖਾਸੀਅਤ ਇਹ ਜਿਹੜੀ ਬਾਂਸ ਦੀ ਬਣੀ ਪਤੰਗ ਆ, ਖੁਦੀ ਫੁੱਲ ਬਾਂਸ ਦੀ ਬਣੀ। ਹਿੰਦੁਸਤਾਨ 'ਚ ਇਹੋ ਜਿਹੀਆਂ ਚੀਜ਼ਾਂ ਬਣਾ ਸਕਦੇ ਹਾਂ। ਔਰ ਬੇਜੋੜ ਪਤੰਗ, ਇਹਦੇ 'ਚ ਕੋਈ ਵੀ ਜੋੜ ਨਹੀਂ ਇਹਦੇ ਕਾਗਜ਼। ਕਿੰਨਾ ਟਾਈਮ ਲੱਗਾ ਇਹਨੂੰ ਬਣਾਉਣ 'ਤੇ? ਇਹਨੂੰ ਮਹਾਰਾਜ 6 ਦਿਨ ਲੱਗੇ ਜੀ ਇੱਕ ਪਤੰਗ ਬਣਾਉਣ 'ਤੇ। ਪਤੰਗਾ ਬਣਾਉਂਦੇ ਸੀ ਬਹੁਤ ਬਹੁਤ ਵੱਡੀਆਂ ਦਿਖਾਉਂਦੇ ਸੀ ਬਈ ਆਪਾਂ ਡਾਉਂਦੇ ਪਏ ਆਪਣੇ ਬਟਾਲੇ 'ਚ ਬਣਾ ਕੇ ਦਿਖਾ ਦਿੱਤੀ ਤੁਸੀਂ? ਮਹਾਰਾਜ ਬਣਾਈ ਹੈ ਤੁਹਾਡੇ ਸਾਹਮਣੇ ਆ ਜੀ, ਇਹ ਮੁਜਸਮਾ ਤੁਹਾਡੇ ਸਾਹਮਣੇ ਆ, ਦੇਖ ਲਓ। ਔਰ ਸਿਰਫ ਬਣਾਈ ਨਹੀਂ, ਇਹਨੂੰ ਉਡਾਵਾਂਗੇ ਵੀ। ਆਪਣੇ ਵਾਸਤੇ ਬਣਾਈ ਕਿ ਵੇਚਣ? ਇਹ ਆਪਣੇ ਵਾਸਤੇ ਬਣਾਈ ਹੈ। ਹੋਰ ਵੀ ਇੱਦਾਂ ਦੀ ਬਣਾਈ ਹੈ ਤੁਸੀਂ? ਇਸ ਤੋਂ ਛੋਟੀਆਂ ਥੋੜ੍ਹੀਆਂ, ਇੱਕੋ ਹੀ ਇਹ ਪਤੰਗ ਵੱਡੀ? ਇਹ ਸਿਰਫ ਇੱਕੋ ਸਿੰਪਲ। ਸਰ ਜਿਹੜੀ ਪਤੰਗ ਆ ਇੱਦਾਂ ਦੀ ਪਤੰਗ ਅੱਜ ਬਟਾਲਾ ਜੇ ਬਣ ਗਈ ਹੈ ਭਾਅ ਜੀ? ਦੇਖੋ ਜੀ ਬਟਾਲੇ 'ਚ ਹਰ ਇੱਕ ਚੀਜ਼ ਬਣਦੀ ਹੈ। ਜਿੰਨਾ ਸ਼ੌਂਕ ਲੱਗਦਾ ਮੈਨੂੰ ਬਟਾਲੇ ਦੇ ਵਿੱਚ ਆ, ਉਹਨਾਂ ਕਿਸੇ ਹੋਰ ਸ਼ਹਿਰ ਦੇ ਵਿੱਚ ਨਹੀਂ ਹੈਗਾ। ਲੋਕ ਦੂਰੋਂ ਦੂਰੋਂ ਆਪਣੇ ਰਿਸ਼ਤੇਦਾਰ ਆਉਂਦੇ ਨੇ ਇੱਥੇ, ਲੋਹੜੀ ਦੇ ਸਪੈਸ਼ਲ ਲੋਹੜੀ ਦੇ ਆਉਂਦੇ ਨੇ ਮਨਾਉਣ ਵਾਸਤੇ, ਤਿਉਹਾਰ ਵੇਖਣ ਵਾਸਤੇ ਆਉਂਦੇ ਨੇ। ਜਿੰਨੀ ਪਤੰਗ ਭਾਅ ਜੀ ਇੱਥੇ ਹੁੰਦੀ ਹੈ, ਮੈਨੂੰ ਲੱਗਦਾ ਕਿਤੇ ਹੁੰਦੀ ਹੋਵੇਗੀ। ਇਹ ਚੜ੍ਹਾਈ ਕਿੱਦਾਂ ਜਾਊਗੀ ਏਡੀ ਵੱਡੀ? ਇਹ ਜੀ ਚੜ੍ਹਾਈ ਜਾਏਗੀ, ਮਾਂਝੇ ਦੇ ਡੋਰ 'ਤੇ ਚੜ੍ਹਾਈ ਜਾਏਗੀ। ਠੀਕ ਹੈ ਜੀ, ਸਪੈਸ਼ਲ ਡੋਰ ਆ, 16 ਤਾਰ ਦੀ ਡੋਰ ਹੁੰਦੀ ਹੈ। ਘੱਟੋ ਘੱਟ 2-3 ਚਰਖੜੀਆਂ ਨੂੰ ਲੱਗਣਗੀਆਂ, ਉਹਦੇ 'ਤੇ ਚੜ੍ਹਾਈ ਜਾਏਗੀ।